ਕਿ ਤੁਹਾਡੀ ਲਾਈਫ ਦੇ ਵਿੱਚ ਕਿੱਡਾ ਵੱਡਾ ਇਹ ਮੌਕਾ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਸ਼ਹੀਦੀਪੁਰ ਮੈਂ ਬੱਚਿਆਂ ਦਾ ਔਰ ਮਾਤਾ ਜੀ ਦਾ ਮੈਂ ਫਿਰ ਉੱਥੇ ਲੈ ਕੇ ਗਿਆ ਲੰਡਨ ਮੈਂ ਰੱਖਿਆ ਹੁੰਦਾ ਸੀ ਗੰਗਾ ਸਾਗਰ ਉਦੋਂ ਹੁਣ ਮੈਂ ਕੈਨੇਡਾ ਵਿੱਚ ਰੱਖਿਆ ਮੈਂ ਇੱਥੇ ਹੀ ਰਹਿਣਾ ਹੈ ਸਰਦੀਆਂ ਵਿੱਚ ਮੈਂ ਲਾਹੌਰ ਚਲਾ ਜਾਣਾ ਵਾਪਸ ਇੱਥੇ ਵੀ ਮੈਂ ਬੈਂਕ ਵਿੱਚ ਰੱਖਿਆ ਹੋਇਆ ਗੰਗਾ ਸਾਗਰ ਫਿਰ ਮੈਂ ਲੰਡਨ ਤੋਂ ਦਿੱਲੀ ਕੇ ਦਿੱਲੀੋਂ ਸਪੈਸ਼ਲ ਚਾਰਟਰਡ ਪਲੇਨ ਤੇ ਰਾਜਸਥਾਨ ਸੀ ਏਅਰਪੋਰਟ ਹਰਮੰਦਰ ਸਾਹਿਬ ਸਾਨੂੰ ਲੈ ਕੇ ਗਏ। ਉੱਥੇ 12 ਦਿਨ ਮੈਂ ਰਿਹਾ ਮੈਨੂੰ ਪੰਜਾਬ ਗਵਰਨਮੈਂਟ ਕੈਪਟਨ ਰਮਿੰਦਰ ਸਿੰਘ ਉਹਨਾਂ ਨੇ ਸਟੇਟ ਗੈਸ ਡਿਕਲੇਅਰ ਕਰਤਾ। ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਨੇ ਮੈਨੂੰ ਸਾਰਾ ਇੰਤਜ਼ਾਮ ਉੱਥੇ ਕੀਤਾ। ਹਰ ਰੋਜ਼ ਬਹੁਤ ਸੇਵਾ ਬਹੁਤ ਸਤਕਾਰ ਪਿਆਰ। ਹਰਮੰਦਰ ਸਾਹਿਬ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਆਲਮਗੀਰ ਸਾਹਿਬ ਫਿਰ ਬਾਰਵੇਂ ਦਿਨ ਅਸੀਂ ਜਾਣਾ ਸੀ ਰਾਏਕੋਟ ਆਲਮਗੀਰ ਸਾਹਿਬ ਤੋਂ। ਇਸ ਦੌਰਾਨ ਮੈਨੂੰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਮੈਸੇਜ ਆਇਆ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਮੈਂ ਉਹਨਾਂ ਨੂੰ ਕਿਹਾ ਜੀ ਸੰਗਤ ਨੂੰ ਪਹਿ先 ਪ੍ਰੋਗਰਾਮ ਦਿੱਤਾ ਹੋਇਆ ਮੈਂ ਇਹਨੂੰ ਚੇਂਜ ਨਹੀਂ ਕਰ ਸਕਦਾ ਮੈਂ ਜਿਸ ਦਿਨ ਵਾਪਸ ਲੰਡਨ ਜਾਣਾ ਹੈ 29 ਦਸੰਬਰ ਨੂੰ ਉਸ ਦਿਨ ਸਵੇਰੇ 10 ਵਜੇ ਮੇਰੇ ਕੋਲ ਅੱਧੇ ਘੰਟੇ ਦਾ ਟਾਈਮ ਹੈ ਮੈਨੂੰ ਪ੍ਰਾਈਮ ਮਿਨਿਸਟਰ ਦਾ ਅਗਲੇ ਦਿਨ ਫੇਰ ਮੈਸੇਜ ਆਇਆ ਕਿ ਜੀ ਮੈਂ ਪ੍ਰੋਗਰਾਮ ਆਪਣੇ ਬਦਲ ਲਏ ਹੈ ਤੁਸੀਂ 10 ਵਜੇ ਨੂੰ 29 ਨੂੰ ਆ ਜਾਓ ਦਿੱਲੀ ਮੈਂ ਦਰਸ਼ਨ ਕਰਨਾ ਚਾਹੁੰਦਾ ਤੁਹਾਡਾ ਨਾਲ ਮੁਲਾਕਾਤ ਵੀ ਕਰਨਾ ਚਾਹੁੰਦਾ ਤੇ ਮੈਂ ਜਦੋਂ ਆਲਮਗੀਰ ਆਖਰੀ ਦਿਨ ਅਸੀਂ 28 ਆਲਮਗੀਰ ਸਾਹਿਬ ਤੋਂ ਰਾਏਕੋਟ ਜਾਣਾ ਸੀ ਗਿੱਲਾਂ ਤੋਂ ਹੋ ਕੇ ਲੁਧਿਆਣਿਆਂ ਦੀਆਂ ਨਹਿਰਾਂ ਤੋਂ ਮੁੱਲਾਂਪੁਰ ਸਦਾਰ ਹਲਵਾਰਾ ਅੱਗੇ ਰਾਏਕੋਟ ਪਹੁੰਚਣਾ ਸੀ ਤੁਸੀਂ ਉੱਟ ਪਾਗਿਓਗੇ ਗੁਰੂ ਸ਼ਬ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਬਹੁਤ ਕਰੀਬ ਤੋਂ ਹੋ ਕੇ ਦਰਸ਼ਨ ਕਰੋਗੇ ਹੋ ਸਕਦਾ ਜੇ ਦੇ ਮਨ ਦੇ ਵਿੱਚ ਸ਼ਰਧਾ ਔਰ ਸਤਕਾਰ ਪਿਆਰ ਨਾਲ ਉਹ ਹੱਥ ਲਾਣ ਦੀ ਇੱਛਾ ਹੋਵੇ ਉਹ ਵੀ ਪੂਰੀ ਹੋ ਜਾਏ ਉੱਥੇ ਸੰਗਤ ਦਾ ਨੇੜੇ ਆਉਣਾ ਮੁਮਕਨ ਨਹੀਂ ਸੀ ਲੱਖਾਂ ਦੀ ਤਰ੍ਹਾਂ ਦਸ ਸਮੁੰਦਰ ਸੀ ਸੰਗਤ ਦਾ ਸਾਨੂੰ ਉਪਜਾ ਕਿਲੋਮੀਟਰ ਪੂਰੇ ਕਰਨ ਲਈ ਸਾਨੂੰ 11 ਘੰਟੇ ਲੱਗੇ ਸੰਗਤ ਇੰਨੀ ਜ਼ਿਆਦਾ ਸੀ ਕਿ ਜਿੰਨਾ ਜਿੰਨਾ ਪਿਆਰ ਜਿੰਨਾ ਲੋਕਾਂ ਦੀ ਅੱਖਾਂ ਦੇ ਵਿੱਚ ਅੰਸੂ ਸੀ ਉਹ ਇਤਿਹਾਸ ਨੂੰ ਯਾਦ ਕਰਕੇ ਗੁਰੂ ਸਾਹਿਬ ਦੀਆਂ ਉਸ ਵੇਲੇ ਦੀਆਂ ਜਿਹੜੀਆਂ ਗੱਲਾਂ ਉਸ ਵੇਲੇ ਉਹਨਾਂ ਦੇ ਮੁਸ਼ਕਲਾਂ ਔਰ ਉਸ ਵੇਲੇ ਉਹ ਵੀ ਗੱਲ ਯਾਦ ਸੀ ਕਿ ਉਸ ਵੇਲੇ ਸੇਵਾ ਵਿੱਚ ਕਿਹੜਾ ਖੜਾ ਸੀ ਰਾਇਕੋਟ ਫੇਮੇਟਾ ਟਾਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਗਿਆ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਸੀ ਫੇ ਮੈਂ ਆਪਣੀ ਹਵੇਲੀ ਵਿੱਚ ਵੀ ਉਸੇ ਕਮਰੇ ਚ ਜਾ ਕੇ ਗੱਗਾ ਸਗਰ ਸਾਇ ਜਿੱਥੇ ਮੇਰੇ ਬਾਬਾ ਜੀ ਰੱਖਦੇ ਹੁੰਦੇ ਸੀ ਉਥੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਫੈਮਲੀ ਨੇ ਥੈਟ ਵਾਸ ਅ ਲੌਂਗ ਚੈਰਿਜਡ ਡਿਜ਼ਾਇਰ ਮੇਰੀ ਜਿਹੜੀ ਰੱਬ ਨੇ ਮੇਰੀ ਪੂਰੀ ਕੀਤੀ ਐਂਡ ਆਮ ਥੈਂਕਫੁਲ ਟੂ ਅੱਲਾ ਜਨਨਾ ਮੈਂ ਰੱਬ ਦਾ ਜਨਨਾ ਵੀ ਸ਼ੁਕਰ ਅਦਾ ਕਰਨਾ ਉਹ ਕਾਟਾ ਕਿ ਜਨਨਾ ਮੈਨੂੰ ਪਿਆਰ ਹਰ ਦੁਨੀਆ ਦੇ ਕੋਨੇ ਵਿੱਚ ਖਾਲਸਾ ਪੰਥ ਪਰੋਂ ਮਿਲਿਆ ਮੈਂ ਰਿਣੀ ਹਾਂ ਤੁਹਾਡਾ ਮੈਂ ਇਸ ਕਾਬਿਲ ਨਹੀਂ ਲੇਕਿਨ और नेक कदम से मैं दुआ करागा मेरा अगर बेटा एक है राय मोहम्मद अली ना सताई सालों वही उम्र है दुआ करना उन्होंने भी रब बल बख्शे इसे मुहब्बत ऐसे प्यार और सत्कार ना अपने बजुर्गों ने अपने भैन भरावान अपने बच्चों ने इस तरह असी हमेशा मिलते रहिए रब थू भी खुश रखे हमेशा और कभी तत्ती हवा न लगे और साढ़े लिए भी दुआ करना ऐसे मुहब्बत में ऐसे प्यारों मिलते रहिए गंगा सागर के दर्शन कर सकते हो ਇਹ ਸਭ ਤੋਂ ਵੱਡੀ ਗੱਲ ਤਾਂ ਹੈ ਗੁਰੂ ਸਾਹਿਬ ਦੀ ਸ਼ੋਭਾ ਪਰ ਉਹਦੇ ਬਦਲ ਹੈ ਨਹੀਂ ਕੋਈ ਵੀ ਇਹਦੀ ਬੰਤਰ ਐਸੀ ਹੈ ਇਹਦੇ ਵਿੱਚ ਛੁਰਾਖ ਨੇ ਆਲੇ ਦੁਆਲੇ ਵੀ ਥੱਲੇ ਵੀ ਉੱਪਰ ਵੀ ਜਾਲੀ ਹੈ 288 ਛੇਕ ਨੇ ਇਹਦੇ ਵਿੱਚ ਇਹਦੇ ਰੇਤਾ ਪਾਓ ਤੇ गिर ਜਾਂਦੀ ਏ ਦੁੱਧ ਜਲ ਪਾਈਏ ਤੇ ਇਹਦੇ ਵਿੱਚ ਭਰ ਜਾਂਦਾ ਲੇਕਿਨ ਸਾਡੇ ਲਈ ਤਾਂ ਇੱਕ ਮਿੱਟੀ ਦਾ ਪਿਆਲਾ ਵੀ ਗੁਰੂ ਸਾਹਿਬ ਆਪਣੇ ਹੱਥਾਂ ਨਾਲ ਬਖਸ਼ ਦਿੰਦੇ ਤੇ ਐਡਾ ਹੀ ਮਾਨ ਸਤਕਾਰ ਸਾਡੇ ਦਿਲ ਚੋਂ ਦਾ ਹੋਣਾ ਸੀ ਬਾਅਦ ਵਿੱਚ ਤੁਸੀਂ ਫੋਟੋ ਖਿਚਾਣੀ ਹੋਵੇ ਕੋਈ ਗੱਲ ਕਰਨੀ ਹੋਵੇ ਇਹ ਮੋਸਟ ਵੈਲਕਮ मैंने अपने प्यानों परावान बुजुर्गाना ना थोड़े दर्शन करके बहुत ही खुशी हुई दुआ करना इस मुहबत ना प्यार ना हमेशा मिलिए वाहगुरु जी का खालसा वाहगुरु जी का खालसा वाहगुरु जी की फतेह बोले सो बोले सोने sri Vaheguru Sahib Ji Sahib Ji